ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਅਤੇ ਆਪਾਂ ਖੜ੍ਹਾਂਗੇ ਕਿਸਾਨ ਮੇਲੇ 'ਤੇ, ਅਤੇ ਜਿੱਥੇ ਬਾਈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਇਕੱਠ ਹੈਗਾ, ਅਤੇ ਨਾਲ ਬਾਈ ਜੀ ਆਪਣੇ ਜਗਤਾਰ ਜੀ ਨੇ ਕਰਦੇ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਅੱਜ ਮੇਲੇ ਦੇ ਵਿੱਚ ਸਵਾਗਤ ਹੈ ਜੀ, ਸਾਡੀ ਸੋਨਾਲੀਕਾ ਕੰਪਨੀ ਦੇ ਵੱਲੋਂ, ਔਰ ਮੈਂ ਜਗਤਾਰ ਸਿੰਘ ਪ੍ਰੋਡਕਟ ਮੈਨੇਜਮੈਂਟ ਟੀਮ ਤੋਂ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ। ਔਰ ਅੱਜ ਆਪਾਂ ਗੱਲ ਕਰਦੇ ਜਿਵੇਂ ਕਿ ਅਸੀਂ ਨਵਾਂ ਲਾਂਚ ਕਰ ਰਹੇ ਹਾਂ ਟਰੈਕਟਰ। ਠੀਕ ਹੈ, ਇਹ ਟਰੈਕਟਰ ਨਵਾਂ ਲਾਂਚ ਹੋਣਾ ਜੀ। ਹਾਂਜੀ, ਇਹ 75 CRDS 4-wheel ਡਰਾਈਵ ਟਰੈਕਟਰ ਹੈ ਜੀ। ਠੀਕ ਹੈ ਜੀ। ਇਹਦੇ ਟਰੈਕਟਰ ਦੇ ਵਿੱਚ ਪਹਿਲਾਂ ਸਾਡੇ ਕੋਲ 16-9-30 ਦੇ ਟਾਇਰ ਆਉਂਦੇ ਸੀ ਜੀ, ਅਗਲੇ 11-2-24। ਹੁਣ ਅਸੀਂ ਅਗਲੇ ਟਾਇਰ 12-4-24 ਤੇ ਪਿਛਲੇ 18-4-30 ਦੇ ਟਾਇਰਾਂ ਦੇ ਵਿੱਚ ਵੀ ਸਾਡੇ ਕੋਲ ਟਰੈਕਟਰ ਹੈਗਾ ਜੀ। ਮਤਲਬ ਮੱਕੀ ਵਾਲੇ ਸੀਜ਼ਨ ਵਾਸਤੇ ਬੈਸਟ ਟਰੈਕਟਰ ਹੈ। ਮੱਕੀ ਵਾਲੇ ਸੀਜ਼ਨ ਵਾਸਤੇ ਟਾਇਰ ਵੀ ਵੱਡੇ ਆ, ਇਹਦੀ ਪਾਵਰ ਵੀ ਮਲਟੀ ਮੋਡ, 3 ਮੋਡ ਆ ਇਹਦੇ 'ਚ ਵੀ, 75 ਪਾਵਰ, 68 ਤੇ 57, 3 ਮੋਡ ਇਹਦੇ ਵਿੱਚ ਕੰਮ ਕਰਦੇ ਆ, ਇਕਨੋਮਿਕ, ਨਾਰਮਲ ਤੇ ਪਾਵਰ ਮੋਡ। ਹਾਂਜੀ, ਇਹ ਨਵਾਂ ਲਾਂਚ ਕਰਾਂਗੇ। ਠੀਕ ਹੈ ਜੀ। ਸਪੈਸ਼ਲ ਕਾਦੇ ਵਾਸਤੇ ਜਾਂ ਇਹ ਮੱਕੀ ਵਾਸਤੇ ਸਪੈਸ਼ਲ ਜਿਵੇਂ ਹੋ ਗਿਆ ਜੀ, ਕ੍ਰੀਪਰ ਸਪੀਡ ਦੇ ਵਿੱਚ ਜਿਹੜੀ ਘੱਟ ਤੋਂ ਘੱਟ ਆਪਣੀ 1.5 ਕਿਲੋਮੀਟਰ ਦੀ ਸਪੀਡ ਵੀ ਜਿਹਦੇ ਵਿੱਚ ਆਪਾਂ ਨੂੰ ਆਉਂਦੀ ਆ, ਆਹ ਤੁਹਾਨੂੰ ਅੱਗੇ ਜਾਣਕਾਰੀ ਹੋਰ ਦਿੰਦੇ ਹਾਂ। 75 ਪਾਵਰ ਚਾਹੀਦੀ। ਠੀਕ ਹੈ ਜੀ। ਜੇ ਪਲੇਟਫਾਰਮ ਦੀ ਗੱਲ ਕਰੀਏ ਸਰ ਜੀ, ਇਹਦੇ ਵਾਈਡ ਪਲੇਟਫਾਰਮ ਹੈ ਜੀ, ਇਹਦਾ ਫਲੈਟ ਪਲੇਟਫਾਰਮ ਇਹਦੇ ਵਿੱਚ ਹੈਗਾ, 12+12 ਦਾ ਸ਼ਟਲ ਸ਼ਿਫਟ ਗੇਅਰ ਬਾਕਸ ਹੈ, ਜਿਵੇਂ ਤੁਹਾਨੂੰ ਆਪਾਂ ਪਹਿਲਾਂ ਤੁਹਾਡੇ ਆਪਣੇ ਕੋਲ ਟਰੈਕਟਰ ਹੈਗਾ ਹੀ ਆ, 65 ਵੀ ਆਉਂਦੀ ਹੈ ਜੀ ਟਰੈਕਟਰ, ਤੇ 65 ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਅੱਗੇ ਮਰਗਾਰਡ ਜਿਵੇਂ ਲੱਗੇ ਲਗਾਏ ਹੋਣੇ ਆ, ਇਹ ਲੱਗੇ ਲਗਾਏ ਹੋਣਗੇ, ਕਈ ਕੰਪਨੀਆਂ ਨਹੀਂ ਦਿੰਦੀਆਂ ਹੈਗੀਆਂ ਨਾ ਮਰਗਾਰਡ ਦੇ। ਇਹ ਆਪਣੀ ਕੰਪਨੀ ਦੀ ਇਹ ਖਾਸੀਅਤ ਆ ਵੀ ਜੇ ਮਰਗਾਰਡ ਦੀ ਗੱਲ ਕਰੀਏ, ਪਿਛਲੇ ਟਾਇਰਾਂ ਦੇ weight ਦੀ ਗੱਲ ਕਰੀਏ, ਜਿਹੜੀ ਆ ਕੈਨੋਪੀ ਉੱਤੇ ਛਤਰੀ ਲੱਗੀ ਹੋਈ ਆ 25-30 ਹਜ਼ਾਰ ਦੀ ਇਹ ਆਉਂਦੀ ਆ। ਇਹ ਸਾਰੀਆਂ ਅਸੈਸਰੀ ਜਿਹੜੀਆਂ ਚੀਜ਼ਾਂ ਨੇ ਲੱਗੀਆਂ ਲਗਾਈਆਂ ਹੋਣੀਆਂ। ਜੇ ਤੁਸੀਂ ਹਾਂ ਪਲੇਟਫਾਰਮ ਤੁਸੀਂ ਦੇਖ ਸਕਦੇ, ਪਲੇਟਫਾਰਮ ਇਸ ਤਰ੍ਹਾਂ ਹੀ ਵਾਈਡ ਪਲੇਟਫਾਰਮ ਆਉਣਾ, ਡਬਲ ਸਟੈਪ ਲੱਗਿਆ ਹੋਇਆ, ਇੱਥੇ ਵੀ ਹੈਂਡਲ ਲੱਗਿਆ, ਇੱਥੇ ਵੀ ਲੱਗਿਆ, ਵੀ ਜਿਹੜਾ ਇਹ ਕਿਸਾਨ ਨੂੰ ਸਹੂਲੀਅਤ ਰਵੇ। ਕੰਫਰਟੇਬਲ ਆ ਇਹ, ਮਲਟੀ ਮੋਡ ਹੈ ਇਹ ਵੀ, ਟਰੈਕਟਰ ਮਲਟੀ ਮੋਡ ਦੇ ਨਾਲ ਆ, ਜਿਵੇਂ ਪਾਵਰ ਮੋਡ 65, ਨਾਰਮਲ 60, ਤੇ ਜੇ ਆਪਾਂ ਇਕੋਨੋਮਿਕ ਮੋਡ ਕਰ ਦਾਂਗੇ ਤਾਂ 55 ਪਾਵਰ ਦਾ ਇਹ ਟਰੈਕਟਰ ਕੰਮ ਕਰਕੇ ਆਪਾਂ ਨੂੰ ਦਊਗਾ। 12+12 ਸ਼ਟਲ ਸ਼ਿਫਟ ਆ, IPTO ਕਲੱਚ ਇਹਦਾ ਹੱਥ 'ਚ ਕਲੱਚ ਵੱਖਰਾ ਦਿੱਤਾ ਹੋਇਆ ਜੀ। ਤੇ ਇੱਕ ਕਹਿ ਦਈਏ ਸੋਨਾਲੀਕਾ ਦੀ ਬਾਈ ਜੀ ਖਾਸੀਅਤ ਆ ਨਾ, ਬੈਕ ਦਿਖਾ ਦੇ ਜ਼ਿਆਦਾਤਰ ਅਸੀਂ ਜਿੰਨੇ ਵੀ ਟਰੈਕਟਰ ਸਾਡੇ 50 ਪਾਵਰ ਤੋਂ ਉੱਤੇ ਆ, ਅਸੀਂ ਸਾਰਿਆਂ ਦੇ ਟਾਇਰਾਂ ਤੇ weight ਲਾ ਕੇ ਦਿੰਨੇ ਆ, ਵੀ ਇਹ ਸਲਿੱਪ ਵੀ ਘੱਟ ਕਰਦਾ ਟਰੈਕਟਰ, ਵੇਖਣ ਨੂੰ ਵੀ ਸੋਹਣਾ ਲੱਗਦਾ, ਵੇਖਣ ਨੂੰ ਵੀ ਸੋਹਣਾ ਲੱਗਦਾ, weight ਦੇ ਜਿਵੇਂ ਕਹਿੰਦੇ ਆ ਕੈਪੈਸਿਟੀ ਵੀ ਜ਼ਿਆਦਾ ਹੋ ਜਾਂਦਾ। ਤੁਸੀਂ ਦੇਖੋ ਕਿ ਇਹ ਟਾਈਗਰ ਸੀਰੀਜ਼ ਹੈ ਸਾਰੀ, ਇਹ ਡਿਜ਼ਾਈਨ ਯੂਰਪ 'ਚ ਡਿਜ਼ਾਈਨ ਸੀਰੀਜ਼ ਹੈ ਜੀ। ਅੱਗੋਂ ਗੱਲ ਕਰੀਏ ਆਪਾਂ, ਇਹਦੇ 4D ਏਅਰ ਕੂਲਿੰਗ ਸਿਸਟਮ ਆ, ਸਾਰੇ ਪਾਸਿਓਂ ਇਹਦੇ 'ਚ ਆ ਦੇਖੋ, ਚਾਰੇ ਪਾਸਿਓਂ ਹਵਾ ਜਾਂਦੀ ਆ, ਰੇਡੀਏਟਰ ਇਹਦਾ ਵੱਡਾ ਦਿੱਤਾ ਹੋਇਆ ਆ, ਦੋਨੋਂ ਪਾਸਿਓਂ ਅੱਗੋਂ ਤੇ ਉੱਤੋਂ ਵੀ ਸਾਰੇ ਪਾਸਿਓਂ ਹਵਾ ਜ਼ਿਆਦਾ ਜਾਂਦੀ ਹੈ, ਵੀ ਜਿਹੜਾ ਗਰਮ ਹੋਣ ਦੀ ਕੋਈ ਸ਼ਿਕਾਇਤ ਨਹੀਂ। ਆਹ ਸੋਹਣੇ ਪਾਉਣ ਦੀਆਂ ਗੱਲਾਂ ਕਰੀਏ ਤਾਂ ਇਹ ਯੂਰੋਪ 'ਚ ਡਿਜ਼ਾਇਨ ਆ, ਆਹ ਕਰੋਮ ਫਿਨਿਸ਼ ਦੇ ਨਾਲ ਡਬਲ ਬੈਰਲ ਹੈੱਡਲਾਈਟ ਇਹਦੇ 'ਤੇ ਲਾਈਆਂ ਹੋਈਆਂ ਆਪਾਂ, ਕਹਿ ਲਈਏ ਇੱਕ ਤਰ੍ਹਾਂ ਦਾ ਟਾਈਗਰ ਹੀ ਹੈ, ਟਾਈਗਰ ਹੀ ਹੈ ਜੀ। ਇਹ ਸੋਹਣੇ 'ਚ ਵੀ ਵਧੀਆ ਲੱਗਦਾ, ਪਿੱਛੇ ਇੰਡੀਕੇਟਰ ਵਗੈਰਾ ਦੇਖੋਗੇ ਤੁਸੀਂ, ਸਾਰੀਆਂ ਚੀਜ਼ਾਂ ਸਹੂਲੀਅਤ 'ਚ ਆਪਾਂ, ਜਿਵੇਂ ਮਰਗਾੜਾਂ 'ਤੇ ਵੀ ਕੁਸ਼ਨਿੰਗ ਦਿੱਤੀ ਹੋਈ ਆ, ਸਾਰੀਆਂ ਚੀਜ਼ਾਂ ਸਹੂਲੀਅਤ 'ਤੇ, ਸੋਹਣੀਆਂ ਵੀ, ਸਹੂਲੀਅਤ ਵੀ, ਵੇਟ ਵਗੈਰਾ ਵੀ ਲਾ ਕੇ, ਮਲਟੀ ਮੋਡ CRDS ਟੈਕਨੋਲੋਜੀ ਨਾਲ, ਤੇਲ ਵੀ ਬਹੁਤ ਘੱਟ ਖਾਂਦਾ ਜੀ। ਠੀਕ ਹੈ, ਤੇ ਜੇ ਇਹਦੀ ਗੱਲਬਾਤ ਕਰੀਏ ਬਈ ਜੀ, ਸਰਵਿਸ ਦੀ, ਸਰਵਿਸ ਇਹਦੀ 500 ਘੰਟੇ। ਠੀਕ ਹੈ, 500 ਘੰਟੇ ਤੱਕ ਤੁਹਾਨੂੰ ਕੋਈ ਲੋਡ ਨਹੀਂ ਇਹਨੂੰ ਦੇਖਣ ਦੀ। ਠੀਕ ਹੈ, ਜਿੱਥੇ ਮਰਜ਼ੀ ਚੱਲਦੇ ਹੋ। ਹਾਂਜੀ ਹਾਂਜੀ ਹਾਂਜੀ, ਕੋਈ ਚੱਕਰ ਨਹੀਂਗਾ, ਵੱਡਾ ਏਅਰ ਕਲੀਨਰ ਲਾਇਆ ਹੋਇਆ 8 ਇੰਚੀ ਦਾ, ਇਹਦਾ ਕੋਈ ਇਹਨੂੰ ਪਰੇਸ਼ਾਨੀ ਨਹੀਂ ਆਉਂਦੀ। ਤੇ ਜੇ ਇਹਦੇ ਪ੍ਰਾਈਜ਼ ਦੀ ਗੱਲ ਕਰੀਏ ਸਰ ਜੀ, ਇਹਦਾ ਪ੍ਰਾਈਜ਼ ਹੈ ਜੀ 12-60 ਦਾ ਪ੍ਰਾਈਜ਼ ਆ, ਉਂਝ 12.5 ਲੱਖ ਰੁਪਇਆ ਹੈ, ਪਰ ਮੇਲੇ ਕਰਕੇ ਆਪਾਂ 11,10,000 ਦਾ ਦੇ ਰਹੇ ਹਾਂ, 1.5 ਲੱਖ ਰੁਪਏ ਦਾ ਇਹਦੇ ਮੇਲੇ ਕਰਕੇ ਡਿਸਕਾਊਂਟ ਦੇ ਰਹੇ ਹਾਂ ਜੀ। ਠੀਕ ਹੈ ਜੀ, ਸਿੱਧੀ ਸਿੱਧਾ 1.5 ਲੱਖ, ਸਿੱਧਾ 1.5 ਲੱਖ ਦਾ ਮੇਲੇ ਕਰਕੇ ਡਿਸਕਾਊਂਟ। ਹੁਣ ਤਾਂ ਮੰਨ ਕੇ ਚੱਲੋ ਰੋਟਾਵੀਟਰ ਵੀ ਖਰੀਦ ਲੂਗਾ ਨਾ। ਇਹ ਟਰੈਕਟਰ ਦੀ ਤੁਹਾਨੂੰ ਦੱਸ ਦਈ ਵੀ ਜਿਹੜਾ ਸਬਸਿਡੀ ਦੀ ਸਕੀਮ ਚੱਲਦੀ ਉਹਦੇ 'ਚ ਵੀ ਇਹ ਟਰੈਕਟਰ
ਟਰੈਕਟਰ ਆਪਣਾ ਬਹੁਤ ਵਧੀਆ ਪਾਸ ਆ ਔਰ ਇਹ ਪਹਿਲਾ ਟਰੈਕਟਰ ਹੈ ਜਿਹਦਾ 65 ਨਾ ਆ ਔਰ P2S ਦੀ ਜਿਹੜੀ HP ਉਹ 60 HP ਦਿੰਦੀ ਆ ਠੀਕ ਹੈ ਤੇ ਬੇਲਰ ਜਿਹੜਾ ਡਬਲ ਡਿਸਟ੍ਰੀਬਿਊਟਰ ਚ ਜਿਹੜਾ ਗੋਲ ਗੱਠਾ ਬਣਾਉਣ ਵਾਲਾ ਬੇਲਰ ਅਰਾਊਂਡ ਬੇਲਰ ਉਹ ਵੱਡੇ ਵਾਲੇ ਤੇ ਉੱਥੇ ਬੜਾ ਵਧੀਆ ਚੱਲਦਾ ਉਹਦੇ ਵੀ ਪੂਰਾ ਹਾਂਜੀ ਉੱਤੇ ਵੀ ਚੱਲਦਾ ਸਕੇਅਰ ਬੇਲਰ ਤੇ ਵੀ ਹਰ ਇੱਕ ਐਪਲੀਕੇਸ਼ਨ ਚ ਸੁਪਰ ਸੀਡਰ ਵਗੈਰਾ ਤੇ ਸਭ ਚੀਜ਼ਾਂ ਦੇ ਕੰਮ ਆ ਠੀਕ ਹੈ ਜੀ ਤੇ 1.5 ਲੱਖ ਰੁਪਏ ਦੇ ਸਬਸਿਡੀ ਹਾਂਜੀ ਹਾਂਜੀ ਤੇ ਅੱਗੇ ਆਪਾਂ ਗੱਲ ਕਰੀਏ 60 ਟਾਰਕ ਪਲੱਸ ਇਹ 60 ਹੈ ਜੀ ਇਹ ਟਰੈਕਟਰ ਜਿਹੜੇ ਕਿਸਾਨ ਭਰਾ ਆਪਣੇ ਬਿਨਾ CRD ਵਾਲੇ ਟਰੈਕਟਰਾਂ ਨੂੰ ਪਸੰਦ ਕਰਦੇ ਆ ਠੀਕ ਹੈ ਉਹ ਤਾਂ ਗੱਲ ਹੋ ਗਈ CRD ਜਿਹੜੇ ਆਪਾਂ ਨੂੰ ਸਰਕਾਰ ਦੇ ਹਿਸਾਬ ਨਾਲ ਚੱਲਣਾ ਹੀ ਪੈਣਾ ਇੱਕ 60 ਹਾਊਸ ਪਾਵਰ ਵਾਲਾ ਆ ਜਾਂਦਾ ਬਈ ਜੀ ਉਹਦੇ ਨਾਲੋਂ ਕੀ ਚੇਂਜ ਆ ਗਿਆ ਬਈ ਇਹ ਜਿਹੜਾ ਟਰੈਕਟਰ ਆ ਇਹ 60 ਹਾਊਸ ਪਾਵਰ ਦੇ ਸਾਰੇ ਸੰਦ ਜਿਹੜੇ ਉਹ ਖਿੱਚੂਗਾ ਬੜੇ ਵਧੀਆ ਤਰੀਕੇ ਨਾਲ ਇਹਦਾ ਜਿਹੜਾ ਟਾਰਕ ਆ ਇਹ ਤਾਂ ਟਾਰਕ ਦਿਖਾ ਦਈਏ 275 ਨਿਊਟਨ ਮੀਟਰ ਦਾ ਟਾਰਕ ਆ ਇਹਦਾ ਠੀਕ ਹੈ ਟਾਰਕ ਦਾ ਮਤਲਬ ਜਿਹੜਾ ਆਪਾਂ ਕਹੀਏ ਖਿਚਾਈ ਜਿਹੜੀ ਆ ਉਹ 60 ਪਾਵਰ ਦੇ ਟਰੈਕਟਰ ਦੀ ਇਹਦੀ ਆਮ 60 ਪਾਵਰ ਜਿਹੜੇ CRD 65 ਵੀ ਆ ਰਹੇ ਨਾ ਅੱਜ ਕੱਲ ਉਹਨਾਂ ਦੇ ਬਰਾਬਰ ਇਹ ਕੰਮ ਆਪਾਂ ਨੂੰ ਕਰਕੇ ਦਿੰਦਾ ਟਾਇਰ ਵੀ ਇਹਦੇ 16 ਦੇ ਨੇ ਪਿਛਲੇ ਹਨਾ ਵੇਟ ਤੇ ਲੱਗੇ ਲਗਾਏ ਆਉਣੇ ਆ ਕਲਾਚੇ ਦਾ ਡਬਲ IPTO ਕਲਾਚੇ ਇਹਦਾ ਹੱਥ ਦੇ ਵਿੱਚ ਲੀਵਰ ਅਲੱਗ ਦਿੱਤਾ ਹੋਇਆ ਜਿਹਨੂੰ ਸਾਈਡ ਸ਼ਿਫਟ ਸਾਈਡ ਤੇ ਗਿਆ ਇਹ ਟਰੈਕਟਰ ਵੀ ਆਪਣਾ ਜਿਹੜਾ ਹੈ 12+12 ਸ਼ਟਲ ਸ਼ਿਫਟ ਦੇ ਨਾਲ ਟਰੈਕਟਰ ਹੈ ਜੀ ਇਹ ਠੀਕ ਹੈ ਜੀ ਇਹ ਟਰੈਕਟਰ ਵੀ ਆਪਣਾ ਪੂਰਾ ਕਾਮਯਾਬ ਟਰੈਕਟਰ ਹੈ 4x4 ਚ ਆ ਗਿਆ ਨਾ ਜੀ ਹਾਂਜੀ 4x4 ਚ ਜਿਵੇਂ ਇਸ ਟਰੈਕਟਰ ਨੂੰ ਬਹੁਤ ਪਸੰਦ ਕੀਤਾ ਲਿਫਟ ਕੰਪੈਸਟੀ ਦੀ ਗੱਲ ਕਰੀਏ ਲਿਫਟ 2200 kg ਦੀ ਲਿਫਟ ਕੰਪੈਸਟੀ ਠੀਕ ਹੈ ਲੈ ਵੀ 2200 kg ਲਿਫਟ ਕੰਪੈਸਟੀ ਆ ਗਈ ਹਾਂਜੀ ਤੇ ਅੱਗੇ ਕਿ ਵੀ 750 ਦਾ 4x4 ਜਿਵੇਂ ਆਪਾਂ ਉਹਨੂੰ ਬਹੁਤ ਪਸੰਦ ਕੀਤਾ ਆਰਐਕਸ ਸ਼ੋਅ ਦੇ ਵਿੱਚ ਵੀ ਇਸ ਸ਼ੋਅ 'ਚ ਵੀ ਨਾ 60 ਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਉਸੇ ਤਰ੍ਹਾਂ ਤੇ ਅਸੀਂ ਇਹ 16 ਦੇ ਟਾਇਰਾਂ 'ਚ 750 ਵੀ ਅਸੀਂ 4x4 ਹੁਣ ਦੇ ਰਹੇ ਹਾਂ ਜੀ ਠੀਕ ਹੈ ਜੀ ਇਹ ਟਰੈਕਟਰ ਵੀ ਬਹੁਤ ਤਾਕਤਵਰ ਬਹੁਤ ਹੀ ਵਧੀਆ ਮਾਈਲੇਜ ਵਾਸਤੇ ਠੀਕ ਹੈ ਤੇਲ ਬਹੁਤ ਘੱਟ ਖਾਂਦਾ ਕੰਮ 4 ਸਿਲੰਡਰ ਟਰੈਕਟਰ ਹੈ ਕੰਮ ਪੂਰਾ ਕਰਦਾ ਡਬਲ ਡਿਸਟ੍ਰੀਬਿਊਟਰ 12+12 ਸ਼ਟਲ ਸ਼ਿਫਟ ਗੇਅਰ ਆਪਾਂ ਇਹਦੇ 'ਚ ਵੀ ਦਿੱਤਾ ਹੋਇਆ ਠੀਕ ਹੈ ਤੇ ਜੇ ਡਿਜ਼ਾਈਨਿੰਗ ਦੀ ਗੱਲਬਾਤ ਕਰੀਏ ਬਾਈ ਜੀ ਡਿਜ਼ਾਈਨਿੰਗ ਤਾਂ ਸਾਰਾ ਹੀ ਬਿਲਕੁਲ ਜਿਵੇਂ ਕਹਿੰਦੇ ਨਾ ਕਾਰ ਵਾਲੇ ਸਟਾਈਲ ਆ ਪੂਰੇ ਡਿਜ਼ਾਈਨਿੰਗ ਦਾ ਠੀਕ ਹੈ ਜੀ ਪੂਰਾ ਜੇ ਆਪਾਂ ਡਿਸਪਲੇ ਦੀ ਗੱਲ ਕਰੀਏ ਇਹਦੀ ਸ਼ੇਪ ਦੀ ਗੱਲ ਕਰੀਏ ਫਰੰਟ ਵੇਟ ਬ੍ਰੈਕਟ ਲੱਗੀ ਆਉਣੀ ਆ ਪਿਛਲੇ ਵੇਟ ਲੱਗੇ ਲਗਾਏ ਆਉਣੇ ਆ ਠੀਕ ਹੈ ਜੀ ਬਿਲਕੁਲ ਕਿਸਾਨ ਦੀ ਲੋੜ ਦੇ ਹਿਸਾਬ ਨਾਲ ਇੱਕ ਨੰਬਰ ਟਰੈਕਟਰ ਆਪਾਂ ਇਹ ਅੱਜ ਕੱਲ੍ਹ ਤਾਂ ਜਿਵੇਂ ਆਪਾਂ ਕਹੀਏ ਸੋਨਾਲੀਕਾ ਟਰੈਕਟਰ ਹਾਂਜੀ ਟ੍ਰੈਂਡ 'ਚ ਚੱਲ ਰਿਹਾ ਨਾ ਆਪਾਂ ਕਹੀਏ ਹਾਂਜੀ ਹਾਂਜੀ ਆਪਾਂ ਇਹਦੀ ਗੱਲ ਕਰੀਏ ਸਾਡੇ ਕੋਲ 2-wheel ਡਰਾਈਵ 'ਚ ਇਹ ਟਰੈਕਟਰ ਆਉਂਦਾ ਹੀ ਸੀ ਪਹਿਲਾਂ ਇਹ ਆ ਜੀ 55-3 ਸਿਲੰਡਰ ਠੀਕ ਹੈ ਜੀ ਪਿਛਲੇ ਟਾਇਰ 16 ਦੇ ਇਹਦਾ ਨਾਂ ਹੀ 55 ਹੈ ਇਸ ਕਰਕੇ ਤੁਸੀਂ ਸਮਝ ਸਕਦੇ ਹੋ 55 ਪਾਵਰ ਦੇ ਸਾਰੇ ਇਹਨੇ ਇੰਪਲੀਮੈਂਟ ਜਿਹੜੇ ਆ ਉਹ ਬੜੇ ਵਧੀਆ ਤਰੀਕੇ ਨਾਲ ਖਿੱਚਦਾ ਕਿਉਂ ਖਿੱਚਦਾ ਕਿਉਂਕਿ ਇਹਦੇ ਟਾਇਰ ਵੀ 16 ਦੇ ਆ 16 ਦੇ ਟਾਇਰਾਂ ਤੇ ਇਹਦੇ ਇੰਜਨ 'ਚ ਜਾਣ ਤਾਂ ਹੀ ਪਤਾ ਲੱਗਦੀ ਜੇ ਟਾਇਰ 16 ਦੇ ਆ ਤਾਂ ਇੰਜਨ 'ਚ ਜਾਣ ਪਾਵਾਂਗੇ ਤਾਂ ਹੀ 16 ਦੇ ਟਾਇਰ 14 ਦੇ ਟਾਇਰ ਵੀ ਦੇ ਸਕਦੇ ਜੀ ਪਰ ਉਹ 'ਚ ਸਵਾਦ ਨਹੀਂ ਆਉਣਾ ਜੀ ਜਿਹੜੀ ਗੱਲ ਕਰ ਰਹੇ ਆ ਇਸ ਕਰਕੇ ਕਿਉਂ ਪਾਵਰ ਇਹਦੇ 'ਚ ਜ਼ਿਆਦੇ ਆ ਠੀਕ ਹੈ ਜੀ ਜਦੋਂ ਪਾਵਰ ਜ਼ਿਆਦੇ ਆ ਤਾਂ ਟਾਇਰ ਸਲਿਪ ਕਰਦਾ ਹਾਂ ਟਾਇਰ ਸਲਿਪ ਵੀ ਕਰਦਾ ਇਸ ਕਰਕੇ ਆਪਾਂ ਇਹਨੂੰ 16 ਦੇ ਟਾਇਰ ਪਿਛਲੇ ਟਾਇਰਾਂ ਤੇ ਵੇਟ ਵੀ ਲਾ ਕੇ ਦਿੰਨੇ ਆ ਤੇ 3 ਸਿਲੰਡਰ ਜਿਹੜੇ ਪਸੰਦ ਕਰਦੇ ਉਹਨਾਂ ਉਹ ਕਿਸਾਨ ਭਰਾਵਾਂ ਵਾਸਤੇ ਆ ਫਿਰ ਕਿਸਾਨ ਭਰਾਵਾਂ ਦੀ ਲੋੜ ਦੇ ਹਿਸਾਬ ਨਾਲ ਕਹਿੰਦੇ ਕਿ 4-wheel ਹੀ ਚਾਹੀਦਾ ਠੀਕ ਹੈ ਹੁਣ ਆਪਾਂ 4-wheel ਚਾਹ ਗਈ ਬਈ ਹਾਂਜੀ ਇਹ 3 ਸਪੀਡ ਚ 12+3 ਇਹਦੇ ਚ ਗੇਅਰ ਬਕਸਾ ਲਾਇਆ ਹੋਇਆ ਠੀਕ ਹੈ 12 ਗੇਅਰ ਰੱਖੇ ਨੇ ਲੋ ਮੀਡੀਅਮ ਹਾਈ ਤੇ 3 ਗੇਅਰ ਇਹਦੇ ਪਿੱਛੇ ਨੇ ਠੀਕ ਹੈ ਇਹ ਚੇਂਜਰ ਗੇਅਰ ਚ ਤਾਂ ਨਹੀਂ ਆਉਂਦਾ ਜੀ ਇਹ ਚੇਂਜਰ ਚ ਨਹੀਂਗਾ ਪਰ ਇਹਦਾ ਜਿਹੜਾ ਚੇਂਜਰ ਹੈ ਉਹ ਆਪਾਂ ਚੇਂਜਰ ਇਹਦਾ ਹੱਥ ਚ ਇੱਥੇ ਗੇਅਰ ਚ ਦਿੱਤਾ ਹੋਇਆ ਗੇਅਰ ਚ ਦਿੱਤਾ ਹੋਇਆ ਗੇਅਰ ਚ ਚੇਂਜਰ ਤੁਹਾਨੂੰ ਦਿਖਾ ਦਈਏ ਕਿਤਨਾ ਵੀ ਇਹ ਦੂਜੇ ਦੇ ਸਾਹਮਣੇ ਬੈਗ ਹੈ ਠੀਕ ਹੈ ਇੱਥੇ ਦੂਜਾ ਬੈਗ ਦੂਜਾ ਬੈਗ ਇੱਕ ਨਹੀਂ ਚੱਲੀ ਜਾਊਗਾ ਜਿਵੇਂ ਆਪਾਂ ਕਹਿੰਦੇ ਹਾਂ ਆਪਾਂ ਕਿਰਾਇਆ ਚਲਾਉਣਾ ਜਾਂ ਕੋਈ ਹੋਰ ਚੀਜ਼ ਚਲਾਉਣੀ ਜਿਹਦੇ ਚ ਆਪਾਂ ਨੂੰ ਅੱਗੇ ਪਿੱਛੇ ਚੱਲਣਾ ਜੇ ਆਪਾਂ ਟਰਾਲੀ ਤੇ ਚਾਲ ਬਣਾਉਣੀ ਹੈ ਟਰਾਲੀ ਤੇ ਚਲਾਉਣਾ ਉਧਰੋਂ ਮੀਡੀਅਮ ਲਾ ਲਓ ਤਾਂ ਬੈਗ ਦੂਜਾ ਬੈਗ ਮੀਡੀਅਮ ਗੇਅਰ ਚ ਵੀ ਇਹਨੇ ਮੰਨ ਕੇ ਚਲੋ ਇੱਕ ਤਰ੍ਹਾਂ ਦਾ ਚੇਂਜਰ ਦਾ ਕੰਮ ਹੈ ਚੇਂਜਰ ਵਾਲਾ ਕਿਹੜਾ ਹਾਂਜੀ 4-wheel ਡਰਾਈਵ ਚ ਆ ਗਿਆ ਨਾ ਬਈ ਜੀ ਇਹ 4-wheel ਡਰਾਈਵ ਆ ਗਰਾਊਂਡ ਕਲੀਅਰੈਂਸ ਇਹਦਾ ਬੜਾ ਅੱਗੋਂ ਉੱਚਾ ਹੈ ਅੱਗੋਂ ਤੁਸੀਂ ਦਿਖਾ ਦਿਓ ਥੱਲੋਂ ਅੱਗੋਂ ਵੀ ਇਹ ਪੂਰਾ ਪੋਰਟਲ ਟਾਈਪ ਹੈ ਫਰੰਟ ਐਕਸਲ ਹੈ ਇਹ ਇਹਦੀ ਜਿਹੜੀ ਗਰਾਊਂਡ ਕਲੀਅਰੈਂਸ ਉਹ ਜ਼ਿਆਦਾ ਹੁੰਦੀ ਹੈ ਜੀ ਜੇ ਆਲੂ ਵਾਲੀ ਖੇਤੀ ਵਾਸਤੇ ਕਹੀਏ ਬਹੁਤ ਵਧੀਆ ਆਲੂ ਵਾਲੀ ਖੇਤੀ ਵਾਸਤੇ ਜਿਵੇਂ ਪਟਾਈ ਪਟੂਈ ਵਾਸਤੇ
ਬਹੁਤ ਵਧੀਆ ਟਰੈਕਟਰ ਹੈ। ਬਸ ਗੱਲ ਇਹ ਹੈ ਵੀ ਇਹਦਾ 16-28 ਦੇ ਟਾਇਰ ਆ, ਇਹ ਸਪੈਸ਼ਲ ਤੁਹਾਨੂੰ ਆਲੂਆਂ ਵਾਸਤੇ ਚਾਹੀਦਾ। ਸਾਡੇ ਕੋਲ 13 ਦੇ ਟਾਇਰਾਂ 'ਚ, 14 ਦੇ ਟਾਇਰਾਂ 'ਚ ਵੀ ਹੈਗਾ, 745। ਅੱਗੇ ਤੁਹਾਨੂੰ ਦਿਖਾ ਦਿੰਦੇ ਹਾਂ, ਆਓ ਜੀ। ਅਤੇ ਅੱਗੇ 745 ਬਾਈ, ਹਾਂਜੀ ਇਹ 745। ਅਗਲੇ ਟਾਇਰ 8-18 ਦੇ ਨੇ, ਪਤਲੇ ਟਾਇਰ ਨੇ, ਕੋਈ ਵੱਟ ਨਹੀਂ ਭੰਨੂਗਾ। ਪਿਛਲੇ ਟਾਇਰ ਆਪਾਂ 13 ਦੇ ਨੂੰ ਦੇ ਰਹੇ ਹਾਂ, ਵੀ ਜਿਹੜਾ ਆਲੂਆਂ ਦੀ ਵੱਟਾਂ ਦੇ ਉੱਤੇ ਚੱਲ ਕੇ ਵੀ ਇਹ ਆਲੂ ਭੰਨੇ ਨਾ ਥਾਲੀਆਂ ਦੇ ਵਿੱਚ। ਪਹਿਲਾਂ ਕਰਿਆ ਬਾਈ ਜੀ, 16 ਦੇ ਟਾਇਰਾਂ 'ਚ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ ਹੈ, ਇਹ ਹੈਗੇ 13 ਦੇ ਟਾਇਰ। ਹਾਂਜੀ ਖਿਚਾਈ ਤਾਂ ਇਹ ਵੀ ਵਧੀਆ ਕਰੂਗਾ ਬਾਈ ਜੀ, ਬਹੁਤ ਵਧੀਆ ਜੀ। ਇਹ 745 ਟਰੈਕਟਰ ਹੈ, ਇਹਦੀ PTOHP ਦੇਖੋਗੇ 45 PTOHP ਦੇ ਲਾਗੇ ਇਹਦੀ ਹੈਗੀ ਹੈ। ਠੀਕ ਹੈ ਜੀ, ਤਾਂ ਇਹਦੀ ਪਾਵਰ ਬਹੁਤ ਜ਼ਿਆਦਾ ਆ, ਇਹ ਵੀ ਟਾਈਗਰ ਸ਼ੇਪ ਦੇ ਵਿੱਚ ਬਹੁਤ ਪਸੰਦ ਕਰ ਰਹੇ। ਪਹਿਲਾਂ ਇਹ RX ਸ਼ੇਪ 'ਚ ਆਉਂਦਾ ਸੀ ਆਪਣਾ, ਹੁਣ ਆਪਾਂ ਟਾਈਗਰ ਸ਼ੇਪ 'ਚ ਵੀ ਲਾਂਚ ਕਰਤਾ ਹੈ। ਅਤੇ LED ਲਾਈਟਾਂ ਜਾ ਰਹੀਆਂ, LED ਲਾਈਟਾਂ ਨੇ, ਡਬਲ ਬੈਰਲ ਹੈਡਲਾਈਟ ਆ ਸਾਰੇ ਪਾਸਿਓਂ, ਮਤਲਬ ਗਰਮ ਗੁਰਮ ਹੋਣ ਦੇ ਕੋਈ ਇਹਦੀ ਸ਼ਿਕਾਇਤ ਨਹੀਂ। ਜੇ ਸੀਟ ਵਗੈਰਾ ਦੀ ਵੀ ਗੱਲ ਕਰੀਏ, ਦੇਖੋ ਤੁਹਾਨੂੰ ਇੱਕ ਛੋਟਾ ਫੀਚਰ ਦਿਖਾਈਏ, ਦੂਜੀਆਂ ਕੰਪਨੀਆਂ ਕੀ ਕਰਦੀਆਂ ਐਸੇ ਇੱਕ ਪਾਸੇ ਇੱਕ ਲਾ ਦਿੰਦੇ ਹੈਂਡਲ, ਉਹਦੇ ਨਾਲ ਕੀ ਹੈ ਚੁੱਕ ਕੇ ਜੇ ਧੱਕੀਏ ਵੀ ਤਾਂ ਉਹ ਸਾਈਡ ਨੂੰ ਖਿੱਚਦੀ ਹੈ। ਇਹਦੇ ਵਿਚਾਲੇ ਹਾਂਜੀ ਆਹ ਦੋਨੇ ਪਾਸੇ ਐਡਜਸਟ ਹੋ ਜੂਗਾ ਜੀ, ਆਹ ਕਾਰ ਸਟਾਈਲ ਦਿੱਤਾ ਹੋਇਆ ਇਹਨੂੰ, ਤਾਂ ਖਿੱਚੋ ਪਿੱਛੇ ਕਰੋ, ਬਹੁਤ ਵਧੀਆ ਤਰੀਕੇ ਨਾਲ ਇਹ ਅੱਗੇ ਪਿੱਛੇ ਸੀਟ ਹੋ ਸਕਦੀ ਆ। ਇਹਦੀਆਂ ਲਾਈਟਾਂ ਦੀ ਗੱਲ ਕਰੀਏ, ਇਹਦੇ ਇੰਡੀਕੇਟਰ ਦੀ ਗੱਲ ਕਰੀਏ, ਟਾਈਗਰ ਲੁੱਕ ਦੇ ਬੜੀ ਵਧੀਆ ਇੰਡੀਕੇਟਰ ਇਹ 'ਚ ਆਪਾਂ ਦਿੱਤੇ ਆ। ਇਹ ਨਹੀਂਗਾ ਵੀ ਛੋਟਾ ਟਰੈਕਟਰ ਆ ਤਾਂ ਇਹਦੇ ਕਿਤੋਂ ਪੈਸੇ ਆਪਾਂ ਘੱਟ ਕਰ ਲਈਏ, ਆਪਾਂ ਸਾਰੀ ਚੀਜ਼ ਐਨ ਵਧੀਆ ਬਣਾ ਕੇ ਦੇ ਰਹੇ ਹਾਂ ਵੀ ਕਿਸਾਨ ਭਰਾ ਬਾਅਦ 'ਚੋਂ ਪੈਸੇ ਉਹਨੂੰ ਲਾਉਣ ਦੀ ਲੋੜ ਨਾ ਪਵੇ। ਜਿਵੇਂ ਆਹ ਦੇਖੋ ਇਹ ਆਪਾਂ ਲਾ ਕੇ ਦੇ ਰਹੇ ਹਾਂ ਕਰੋਮ ਫਿਨਿਸ਼, ਤੇ ਸੋਹਣੇਪਨ 'ਚ ਕਮੀ ਨਾ ਹੋਵੇ, ਤਾਕਤ 'ਚ ਵੀ ਕਮੀ ਨਾ ਹੋਵੇ, ਫੇਰੀ ਅਗਲਾ ਹੋਊਗਾ ਨਾ ਜੀ ਵਾਰ ਵਾਰ। ਹਾਂਜੀ ਹਾਂਜੀ, ਤੇ ਜੇ ਇਹਦੇ ਆਪ 4-wheel ਡਰਾਈਵ ਸ਼ਾਫਟ ਦੀ ਗੱਲ ਕਰੋ, ਦੇਖੋ ਇਹਦੇ ਤੇ ਅਸੀਂ ਥੱਲੇ ਵੀ ਕਵਰ ਲਾ ਕੇ ਦਿੱਤਾ ਹੋਇਆ, ਕਿਉਂ ਇਹ ਆਲੂਆਂ ਵਾਸਤੇ ਸਪੈਸ਼ਲ ਆ, ਤਾਂ ਥੱਲੇ ਜਿਵੇਂ ਵੱਲਾਂ ਨਾਲ ਉਲਝਣ ਨਾ ਇਹਦੇ। ਠੀਕ ਹੈ, ਬੂਟੇ ਵਗੈਰਾ ਜੇ ਗੱਲ ਕਰੀ ਬਈ ਜੀ, ਤੇਲ ਖਰਚੇ ਦੀ, ਇਹਦੀ ਤੇਲ ਖਰਚਾ ਤਾਂ ਭਾਜੀ ਕੋਈ ਵੀ SHP ਕੈਟੇਗਰੀ ਦਾ ਟਰੈਕਟਰ ਤੁਸੀਂ ਦੂਜੀ ਕੰਪਨੀ ਦਾ ਲੈ ਲਓ, ਠੀਕ ਹੈ, ਉਹਦੇ ਨਾਲੋਂ 10-15% ਤੇਲ ਘੱਟ ਖਾਂਦਾ ਜੀ। ਕੰਮ ਉਹਦੇ ਨਾਲ ਵੱਧ ਦਊਗਾ, ਲਿਫਟ ਕਪੈਸਿਟੀ, ਇਹ ਬੜਾ ਵਧੀਆ ਤੁਸੀਂ ਸਵਾਲ ਕੀਤਾ, ਲਿਫਟ ਕਪੈਸਿਟੀ ਇਹ ਏਡਾ ਛੋਟਾ ਟਰੈਕਟਰ ਹੈ, ਇਹ ਤੇ ਜ਼ਿਆਦਾ ਜ਼ਰੂਰਤ ਪੈਂਦੀ ਹੈ ਲਿਫਟ ਕਪੈਸਿਟੀ ਦੀ। ਇਹ ਹੁਣ ਮੈਂ ਜੇ ਤੁਹਾਨੂੰ ਪੋਟੈਟੋ ਸਪੈਸ਼ਲ ਆਖਿਆ, ਪੋਟੈਟੋ ਸਪੈਸ਼ਲ ਦਾ ਮਤਲਬ ਇਹ ਹੋ ਗਿਆ ਵੀ ਆਲੂ ਵਾਲੀ ਮਸ਼ੀਨ ਚੱਕ ਲਊਗਾ ਬਿਜਾਈ ਵਾਸਤੇ। ਇਹ 45 ਪਾਵਰ ਦਾ ਟਰੈਕਟਰ ਜਿਹੜਾ ਆਪਣਾ ਹੈ, ਇਹ ਪੋਟੈਟੋ ਸਪੈਸ਼ਲ ਇਸ ਕਰਕੇ ਇਹਨੂੰ ਖਾਸ ਬਣਾਉਂਦਾ, ਇਹਦੀ ਲਿਫਟ ਕਪੈਸਿਟੀ 2200 ਕਿਲੋ ਦੀ ਆ। ਠੀਕ ਹੈ, ਜਿਹੜਾ ਵੱਡੇ ਟਰੈਕਟਰ 'ਚ ਆਪਾਂ ਦਿੰਦੇ ਹਾਂ ਨਾ ਉਹੀ ਲਿਫਟ ਕਪੈਸਿਟੀ ਇਹਦੇ 'ਚ ਵੀ ਦਿੰਦੇ ਹਾਂ। ਜੇ ਸੈਂਸਿੰਗ ਦੀ ਗੱਲ ਕਰੀਏ, ਇੱਥੇ ਵੀ ਆਪਾਂ 4 ਹੋਲ ਦਿੰਦੇ ਹਾਂ, ਮਜ਼ਬੂਤ ਆ, ਜ਼ਿਆਦਾ ਨਟਾਂ 'ਤੇ ਆਪਾਂ ਹੁੱਕ ਲਾਈ ਹੋਈ ਆ। ਜੇ ਇੱਥੇ ਵੀ ਕਰੀਏ 3 ਹੋਲ ਦਿੱਤੇ ਆ, ਦੋਵਾਂ ਪਾਸੇ ਜੈਕ ਜਿਹੜੇ ਨੇ ਐਡਜਸਟੇਬਲ ਜੈਕ ਆਪਾਂ ਦਿੱਤੇ ਹੋਏ ਆ। ਜੇ ਇਹ ਗੱਲ ਨਹੀਂ ਇਕੱਲੇ ਆਲੂਆਂ ਵਾਸਤੇ ਨਹੀਂ, ਉਹ ਵੀ ਤੁਸੀਂ ਕਿਸੇ ਰੋਟਾਵੇਟਰ 'ਤੇ ਕਿਸੇ ਚੀਜ਼ 'ਤੇ ਚਲਾਉਣਾ, ਹੱਥ ਜਿਹਦਾ ਕਲੱਚ ਦਿੱਤਾ ਹੋਇਆ ਬੇਲਰ ਮਸ਼ੀਨ ਵਾਸਤੇ ਵੀ ਬੜਾ ਵਧੀਆ ਕਾਮਯਾਬ, ਬੇਲਰ ਮਸ਼ੀਨ ਵਾਸਤੇ ਪੂਰਾ ਟੌਪ ਦਾ ਟਰੈਕਟਰ। ਬਿਲਕੁਲ ਬਿਲਕੁਲ, ਠੀਕ ਹੈ ਜੀ। ਉਸੇ ਤਰ੍ਹਾਂ ਤੇ ਆਪਣਾ 50 ਆ ਜੀ, ਜੇ 745 ਨਾਲ ਹੀ ਜੇ 14-54-45 ਵੀ ਮਿਲ ਜਾਂਦਾ, ਜੇ 50 ਚਾਹੀਦਾ 50 ਵੀ ਆਪਣੇ ਕੋਲ ਹੈਗਾ ਜੀ। ਇਹਦੇ ਅਗਲੇ ਟਾਇਰ 9-5-20 ਦੇ ਆ ਜੀ, ਪਿਛਲੇ 14-28 ਦੇ ਆ, ਉਹੀ ਬਣਿਆ ਤਣਿਆ ਟਰੈਕਟਰ ਹੈ ਜੀ। ਫਰੰਟ ਵੇਟ ਕੈਰੀਅਰ 3-speed ਟਰੈਕਟਰ ਹੈ, ਇਹ 3065 CC ਦੇ ਨਾਲ ਆਉਂਦਾ ਜੀ। ਇਹਦੀ ਇੰਜਨ ਦੀ ਪਾਵਰ ਬਹੁਤ ਵਧੀਆ ਪਾਵਰ ਮਿਲਦੀ ਹੈ, ਇੰਜਨ ਦੀ CC ਜ਼ਿਆਦਾ ਹੋਣ ਕਰਕੇ ਕੀ ਆ, ਘੱਟ ਤੇਲ ਨਾਲ ਜ਼ਿਆਦਾ ਹਵਾ 'ਚ ਮਿਕਸਰ ਜਦੋਂ ਕਰਦੇ ਹਾਂ ਨਾ, ਉਦੋਂ ਐਵਰੇਜ ਬਹੁਤ ਵਧੀਆ ਟਰੈਕਟਰ ਦੀ ਨਿਕਲ ਕੇ ਆਉਂਦੀ ਹੈ, ਮਾਈਲੇਜ ਬਹੁਤ ਚੰਗੀ ਹੈ ਜੀ। ਠੀਕ ਹੈ ਜੀ, ਇੱਕ ਸਵਾਲ ਹੋਰ ਆ ਨਾ ਬਾਈ ਜੀ, ਜਿਵੇਂ ਆਪਾਂ ਕਹੀਏ ਉਹ ਆ ਗਿਆ 45 ਦਾ ਨਾ ਬਾਈ ਜੀ, ਠੀਕ ਹੈ ਜੀ, ਤੇ ਉਹ ਛੋਟੇ ਕਿਸਾਨ ਵਾਸਤੇ ਕਰੀਏ, ਤੇ ਇਹ ਵੱਡੇ ਕਿਸਾਨ, ਇਹ ਥੋੜਾ ਵੱਡੇ ਵਾਸਤੇ, ਜੇ ਹੋਰ ਵੱਡੇ ਕਿਸਾਨ ਨੂੰ ਚਾਹੀਦਾ ਤਾਂ 55 ਵੀ ਹੈਗਾ, 55 ਵੀ ਹੈਗਾ, ਮਤਲਬ 45-50-55 ਇਹ 3 ਸਿਲੰਡਰ 'ਚ ਆਪਣੇ ਕੋਲ 3 ਟਰੈਕਟਰ ਹੈਗੇ ਨੇ 4-wheel ਦੇ ਵਿੱਚ ਟਾਈਗਰ ਸ਼ੋਅ 'ਚ। ਫਿਰ ਜੇ ਆਪਾਂ ਬਿਨਾਂ CRD ਵਾਲੇ 4 ਸਿਲੰਡਰ ਦੀ ਗੱਲ ਕਰੀਏ, ਤਾਂ 4-wheel 'ਚ ਆਪਾਂ ਅੱਜ ਵਿਖਾ ਰਹੇ ਹਾਂ 750
ਫਿਰ ਆਪਾਂ 16 ਦੇ ਟਾਇਰ ਪਿਛਲੇ, ਫਿਰ ਆਪਾਂ ਦਿਖਾ ਰਹੇ 60 ਬਿਨਾ ਸੀ ਆਰ ਡੀ ਤੋਂ 275 ਟੋਰਕ ਨਾਲ। ਫਿਰ ਜੇ ਸੀ ਆਰ ਡੀ ਦੇ ਅੱਜ ਦੀ ਗੱਲ ਕਰੀਏ ਮੇਲੇ ਦੀ ਤਾਂ 65 ਆ 75 ਆ, 75 ਚ ਆਪਣੇ ਕੋਲ ਹੁਣ 18-4-30 ਦੇ ਟਾਇਰਾਂ ਦੇ ਵਿੱਚ ਵੱਡੇ ਟਾਇਰਾਂ ਦੇ ਨਾਲ ਟਰੈਕਟਰ ਅਵੇਲੇਬਲ ਹੈਗਾ, ਸ਼ਟਲ ਸ਼ਿਫਟ ਦੇ ਨਾਲ ਔਰ ਮਲਟੀ ਮੋਡ ਸੀ ਆਰ ਡੀ ਐਸ ਟੈਕਨੋਲੋਜੀ ਦੇ ਇੰਜਨ ਦੇ ਨਾਲ। ਠੀਕ ਹੈ ਜੀ, ਤੇ ਇਹਦੀ ਗੱਲਬਾਤ ਕਰੀਏ ਭਾਈ ਜੀ ਲਿਫਟ ਕੈਪੈਸਿਟੀ ਦੀ, ਲਿਫਟ ਕੈਪੈਸਿਟੀ ਇਹਦੀ 2200 ਕਿਲੋ ਰੱਖੀ ਹੈ ਜੀ ਆਪਾਂ। ਠੀਕ ਹੈ ਜੀ, ਜਿਹੜੇ ਭਾਈ ਜੀ ਜਿੰਨੇ ਵੀ ਟਰੈਕਟਰ ਮੈਨੂੰ ਲੱਗਦਾ ਅਜੇ ਤੱਕ ਲਾਂਚ ਨੇ ਇਹਨਾਂ ਇੱਥੇ ਖੜੇ ਨੇਗੇ, ਸਾਰਿਆਂ ਦਾ ਡਿਸਟ੍ਰੀਬਿਊਟਰ ਡਬਲ ਹੀ ਜਾਣਾ, ਡਬਲ ਡਬਲ ਜੀ ਡਬਲ। ਠੀਕ ਹੈ ਜੀ, ਕਿਸਾਨ ਭਰਾ ਨੂੰ ਕਿਸੇ ਵੀ ਚੀਜ਼ ਤੇ ਇੱਕ ਵਾਰੀ ਪੈਸਾ ਲਾ ਕੇ ਦੁਬਾਰੇ ਛੋਟੀਆਂ ਛੋਟੀਆਂ ਚੀਜ਼ਾਂ ਦੇ ਦੁਬਾਰੇ ਪੈਸੇ ਨਾ ਲਾਉਣੇ ਪੈਣ, ਇਸ ਕਰਕੇ ਪਹਿਲਾਂ ਹੀ ਟਰੈਕਟਰ ਆਪਾਂ ਫੁੱਲ ਰੈਡੀ ਕਰਕੇ ਦੇਣਾ ਹੈ ਜੀ ਉਹਨਾਂ ਨੂੰ। ਠੀਕ ਹੈ ਭਾਈ ਜੀ, ਚਲੋ ਭਾਈ ਅੱਗੇ ਦਿਖਾਉਣੇ ਆ ਤੁਹਾਨੂੰ ਜੀ, ਇਹ ਵੀ ਟਾਈਗਰ ਸ਼ੇਪ ਚ ਆ ਗਿਆ ਨਾ ਭਾਈ, ਟਾਈਗਰ ਸ਼ੇਪ ਚ ਟਾਈਗਰ। ਠੀਕ ਹੈ ਜੀ, ਜਿਹੜਾ ਆਪਣਾ 18-4-30 ਦੇ ਟਾਇਰਾਂ ਵਾਲਾ ਟਰੈਕਟਰ ਹੈ 75, ਉਹਦੀ ਖਾਸੀਅਤ ਇਹ ਹੈ ਵੀ ਉਹਦੇ 12+3 ਗੇਅਰ ਬਾਕਸ ਆ, ਜਿਹੜਾ ਲੋ ਗੇਅਰ ਹੈ ਨਾ ਉਸੇ ਗੇਅਰ ਦੇ ਲੋ ਗੇਅਰ ਦੇ ਵਿੱਚ ਹੀ ਆਪਾਂ ਨੂੰ ਕ੍ਰੀਪਰ ਸਪੀਡ ਮਿਲ ਜਾਣੀ ਆ। ਜਿਵੇਂ ਪਹਿਲਾ ਦੂਜਾ ਤੀਜਾ ਚੌਥਾ ਲੋ ਲਾਵਾਂਗੇ ਨਾ, ਉਹ ਲੋ ਗੇਅਰ ਦੇ ਵਿੱਚ ਹੀ ਆਪਾਂ ਨੂੰ 0.5 ਕਿਲੋਮੀਟਰ ਤੋਂ ਘੱਟ ਦੀ ਸਪੀਡ ਮਿਲ ਜਾਂਦੀ, ਉਹਦੇ ਲਈ ਸਪੈਸ਼ਲ ਕੋਈ ਵੱਖਰਾ ਗੇਅਰ ਲਾਉਣ ਦੀ ਲੋੜ ਨਹੀਂ। ਠੀਕ ਹੈ, ਉਸੇ ਗੇਅਰ 'ਚ ਆਪਾਂ ਨੂੰ ਮਿਲ ਜਾਣੀ, ਵੀ ਕਿਸਾਨ ਭਰਾ ਨੂੰ ਇਹ ਨਹੀਂ ਗਾ ਵੀ ਆਹ ਗੇਅਰ ਵੱਖਰਾ ਲਾਊਂਗਾ ਤਾਂ ਇਹ ਗੇੜੀ ਦੀ ਚਾਲ ਬਣੂਗਾ ਨਾ, ਉਸੇ ਗੇਅਰ 'ਚ ਹੀ ਆਪਾਂ ਨੂੰ ਮਿਲ ਜਾਣੀ। ਹਾਈ ਮੀਡੀਅਮ ਹਾਂਜੀ, ਇਹ ਬਹੁਤ ਖਾਸੀਅਤ ਹੈ, ਇਹ ਬੜਾ ਵਧੀਆ ਹੁੰਦਾ ਨਾ ਵੀ ਆਪਾਂ ਲੋ ਹਾਈ ਮੀਡੀਅਮ ਵਾਲਾ ਪਹਿਲਾਂ ਨਿਊਟਰਲ ਕਰੋ। ਹਾਂਜੀ, ਨਾ ਇਹਦਾ ਉਸੇ ਗੇਅਰ 'ਚ ਹੀ ਮਿਲ ਜਾਣਾ ਜੀ ਆਪਾਂ ਨੂੰ ਜਿਹੜਾ। ਠੀਕ ਹੈ ਜੀ, ਹਾਂਜੀ ਠੀਕ ਹੈ ਬਾਈ ਜੀ। ਠੀਕ ਹੈ, ਤੇ ਜੇ ਗੱਲਬਾਤ ਕਰੀਏ ਬਾਈ ਜੀ ਇਹਦੀ ਲਿਫਟ ਕੈਪੈਸਿਟੀ ਕਿੰਨੀ ਆ ਗਈ ਬਾਈ ਜੀ? ਇਹਦੀ 2200 ਕਿਲੋ ਲਿਫਟ। ਇਹਦੀ ਵੀ 2200 ਤੇ 3 ਸਪੀਡ 'ਚ ਹੈ, 2 ਸਪੀਡ? ਇਹ 3 ਸਪੀਡ 'ਚ ਹੈ ਜੀ। ਇਹ ਵੀ 3 ਸਪੀਡ? ਹਾਂਜੀ 3 ਸਪੀਡ। ਠੀਕ ਹੈ ਬਾਈ ਜੀ, ਇਹਦੇ ਬਾਈ ਜੀ ਸਬਸਿਡੀ ਹੈਗੀ ਬਾਈ ਜੀ? ਸਬਸਿਡੀ ਜਿਹੜੀ ਆ ਉਹ ਕਿਸਾਨ ਜਿਹੜੇ ਨਵਾਂ ਟਰੈਕਟਰ ਲੈ ਰਹੇ ਆ ਸਰਕਾਰ ਵੱਲੋਂ ਜਿਹੜੀ ਸਬਸਿਡੀ ਆ ਰਹੀ ਉਹ 65 ਪਾਵਰ ਤੇ ਆ ਰਹੀ ਆ। 65 ਪਾਵਰ ਤੇ ਚੱਲੇ? ਠੀਕ ਹੈ ਜੀ, ਮਤਲਬ ਜਿਹੜਾ ਅੱਜ ਕੱਲ੍ਹ ਟੌਪ ਤੇ ਟਰੈਕਟਰ ਚੱਲ ਰਿਹਾ। ਹਾਂਜੀ, 65 CRDS ਤੇ ਸਬਸਿਡੀ ਆ ਰਹੀ ਆ। ਸਬਸਿਡੀ ਗਵਰਨਮੈਂਟ ਵੱਲੋਂ ਵੱਖਰੀ ਗੱਲ ਆ, ਅਸੀਂ ਕਿਸਾਨ ਮੇਲੇ ਦੇ ਤੌਰ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 12.5 ਲੱਖ ਦਾ ਟਰੈਕਟਰ 12,60,000 ਦਾ, ਉਹ ਅੱਜ ਕਿਸਾਨ ਮੇਲੇ ਕਰਕੇ ਆਪਾਂ 11,10,000 ਦਾ ਦੇ ਰਹੇ, 1.5 ਲੱਖ ਤਾਂ ਸਿੱਧਾ ਸਿੱਧਾ ਕੰਪਨੀ ਤੁਹਾਨੂੰ ਦੇ ਰਹੀ ਹੈ ਜੀ, ਸਿੱਧੀ ਸਿੱਧਾ 1.5 ਲੱਖ ਰੁਪਏ ਦਾ ਫਾਇਦਾ ਜੀ। ਇੱਕ ਵਾਰੀ ਉਹਰੇ ਮੰਨ ਕੇ ਟਰੈਕਟਰ ਖਰੀਦਣਾ ਤਾਂ ਹੈਗੀ ਹੈਗਾ, ਜੇ ਤੁਸੀਂ ਅੱਗੇ ਜਾ ਕੇ ਖਰੀਦੋਗੇ ਤਾਂ 1.5 ਲੱਖ ਰੁਪਏ ਮਹਿੰਗਾ ਹੋ ਜਾਊਗਾ। ਠੀਕ ਆ ਬਾਈ ਜੀ, ਤੇ ਬਾਕੀ ਬਾਈ ਸਕਰੀਨ ਉੱਪਰ ਨੰਬਰ ਹੈਗਾ। ਠੀਕ ਆ ਬਾਈ ਜਗਤਾ, ਬਹੁਤ ਬਹੁਤ ਧੰਨਵਾਦ ਗੱਲ ਕਰਕੇ, ਬਹੁਤ ਵਧੀਆ ਲੱਗਿਆ। ਤੇ ਲੈ ਬਾਈ ਜੀ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਿਓ ਫੋਲੋ, ਤੇ 1.5 ਲੱਖ ਰੁਪਇਆ ਘੱਟ ਇਹਨਾਂ ਟਰੈਕਟਰ ਖਰੀਦਣ ਦੀ ਪਾ ਲਓ ਸੁਵਿਧਾ। ਧੰਨਵਾਦ।